ਕਮਿਊਨੀਕੇਸ਼ਨ ਦਾ ਇਹ ਲਿਖ ਜਗਵੀਰ ਦੱਸ ਮਾਰ ਲਓ ਆਜ ਮਾਰ ਲਓ ਅੱਜ ਹਲਕਾ ਬੰਗਾ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਲਈ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ COVID-19 ਕਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਪੂਰੇ ਸੰਸਾਰ ਵਿੱਚ ਫੈਲੀ ਹੈ ਔਰ ਇਸ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਲੋਕਡਾਊਨ ਔਰ ਕਰਫਿਊ ਲਗਾ ਗਏ ਸਨ। ਸੋ ਅੱਜ ਉਸਨੂੰ ਧਿਆਨ 'ਚ ਰੱਖਦੇ ਹੋਏ ਸਮੂਹ ਪੱਤਰਕਾਰ ਭਾਈਚਾਰੇ ਦੇ ਲਈ ਛੋਟਾ ਜਿਹਾ ਉਪਰਾਲਾ ਰਲ ਮਿਲ ਕੇ ਕੀਤਾ ਹੈ ਕਿ ਜੋ ਸਾਡਾ ਮਿਡਲ ਕਲਾਸ ਵਰਗ ਹੈ ਇਸ ਲੋਕਡਾਊਨ ਦੇ ਦੌਰਾਨ ਔਰ ਕਰਫਿਊ ਦੇ ਦੌਰਾਨ ਮੈਂ ਸੁਣਦਾ ਹਾਂ ਕਿ ਅੱਜ ਉਸਨੂੰ ਵੀ ਮਦਦ ਦੀ ਲੋੜ ਪਈ ਹੈ। ਇਸੇ ਲੜੀ ਦੇ ਤਹਿਤ ਅੱਜ ਬੰਗਾ ਹਲਕੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇੱਥੇ ਰਾਸ਼ਨ ਕਿੱਟਾਂ ਵੰਡੀਆਂ, ਉੱਥੇ ਮਾਸਕ ਅਤੇ ਸੈਨੀਟਾਈਜ਼ਰ ਵੀ ਪੇਂਟ ਕੀਤੇ ਗਏ ਹਨ ਕਿ ਮੈਂ ਇਸ ਦੇ ਲਈ ਆਪਣੇ ਵੱਡੇ ਵੀਰ ਜਸਵੀਰ ਸਿੰਘ ਨੂਰਪੁਰੀ ਜੀ ਦਾ, ਜਿਨ੍ਹਾਂ ਦੀ ਇਹ ਸੋਚ ਸੀ, ਜਿਨ੍ਹਾਂ ਨੇ ਇਹ ਉੱਦਮ ਕਰਨ ਦੇ ਲਈ ਦਾਸ ਨੂੰ ਵੀ ਉਤਸ਼ਾਹਿਤ ਕੀਤਾ ਕਿ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਹੈਪੀ ਭਨੋਟ ਜੀ, ਅਬਦੁਲ ਜੀ ਔਰ ਸਾਰੇ ਪੱਤਰਕਾਰ ਭਾਈਚਾਰੇ ਦਾ ਜਿਨ੍ਹਾਂ ਨੇ ਬਹੁਤ ਵੱਡਾ ਇਸ ਕੰਮ ਦੇ ਲਈ ਸਹਿਯੋਗ ਦਿੱਤਾ। ਸੋ ਜਿੱਥੇ ਵੀ ਅੱਗੇ ਵੀ ਕੋਈ ਲੋੜ ਹੋਵੇਗੀ ਮੈਂ ਆਪਣੇ ਤੌਰ 'ਤੇ ਔਰ ਆਪਣੇ ਸਾਥੀਆਂ ਦਾ ਸਾਥ ਲੈ ਕੇ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ। ਬਹੁਤ ਬਹੁਤ ਬੰਗਾ ਵਿਖੇ ਸਮਾਗਮ ਰੱਖਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਸਾਡੇ ਸਤਿਕਾਰਯੋਗ ਵੀਰ ਬਲਜੀਤ ਸਿੰਘ ਸਰਾਣ ਵਾਈਸ ਚੇਅਰਮੈਨ ਪੰਚਾਇਤ ਸਮਿਤੀ ਬਲਾਕ ਕੌੜ ਨੇ ਕੀਤੀ ਹੈ ਅਤੇ ਉਹਨਾਂ ਦੇ ਉੱਦਮ ਸਦਕਾ ਅੱਜ ਅਸੀਂ ਸਾਰੇ ਪੱਤਰਕਾਰਾਂ ਨੂੰ ਰਾਸ਼ਨ ਕਿੱਟ ਅਤੇ ਮਾਸਕ ਸੈਨੀਟਾਈਜ਼ਰ ਭੇਟ ਕੀਤੇ ਆ ਅਤੇ ਇਹ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੱਤਰਕਾਰ ਭਾਈਚਾਰੇ ਦੇ ਬਾਰੇ ਵੀ ਸੋਚਿਆ। ਅਤੇ ਅੱਜ ਜਿਹੜਾ ਸਮਾਂ ਆ ਉਹ ਬਹੁਤ ਖਤਰਨਾਕ ਦੌਰ ਦੇ ਵਿੱਚੋਂ ਗੁਜ਼ਰਿਆ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਸੇਫ ਰਹੀਏ, ਘਰਾਂ 'ਚ ਰਹੀਏ, ਅਸੀਂ ਸੁਰੱਖਿਅਤ ਰਹੀਏ। ਅਤੇ ਇਹੋ ਜਿਹਾ ਉਪਰਾਲਾ ਜਿਹੜਾ ਸਾਡੇ ਲਈ ਕੀਤਾ ਆ ਅਸੀਂ ਕੁਲਜੀਤ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ।